ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵੈਲਕਮ ਟੂ ði ਸਪਿਰੀਚੁਅਲ ਜਰਨੀ ਦਰਸ਼ਨ ਸਾਗਰ ਅੱਜ ਬਹੁਤ ਦਿਨਾਂ ਦੇ ਬਾਅਦ ਆਪ ਜੀ ਦੇ ਨਾਲ ਜ਼ੂਬਰੂ ਹੋਣ ਦਾ ਮੌਕਾ ਮਿਲਿਆ ਤੇ ਆਸ ਹੈ ਕਿ ਆਪ ਸਭ ਜੀ ਠੀਕ ਠਾਕ ਹੋਵੋਗੇ ਅੱਜ ਦਾ ਜੋ ਦਿਨ ਹੈ ਅੱਜ ਦਾ ਜੋ ਵਿਸ਼ਾ ਹੈ ਉਹ ਬਹੁਤ ਹੀ ਖਾਸ ਹੈ ਸਾਡੇ ਸਭ ਸੇਵਕਾਂ ਵਾਸਤੇ ਅਸੀਂ ਜਦੋਂ ਮਹਾਰਾਜ ਦਰਸ਼ਨਦਾਸ ਜੀ ਦੀਆਂ ਗੱਲਾਂ ਕਰਦੇ ਆ ਉਹਨਾਂ ਬਾਰੇ ਉਹਨਾਂ ਦੀ ਜੀਵਨੀ ਬਾਰੇ ਜਾਣਦੇ ਆ ਜਾਂ ਸੁਣਿਆ ਤੇ ਇਥੋਂ ਤੱਕ ਜਾਂਦਾ ਕਿ ਮਹਾਰਾਜ ਜੀ 1984 ਦੇ ਵਿੱਚ ਇੰਗਲੈਂਡ ਚਲੇ ਗਏ ਕਿਉਂਕਿ ਉੱਥੇ ਪੀਸ ਕਨਵੈਨਸ਼ਨ ਸੀ ਇਕਤਾ ਸੰਮੇਲਨ ਮੇਰੇ ਖਾ ਪੀਸ ਕਨਵੈਨਸ਼ਨ 11 ਨਵੰਬਰ ਨੂੰ ਇਸ ਕਰਕੇ ਮਹਾਰਾਜ ਜੀ ਨੂੰ ਆਣਾ ਪਿਆ ਨਹੀਂ ਤੇ ਮਹਾਰਾਜ ਜੀ ਹਿੰਦੁਸਤਾਨ ਤੋਂ ਆਉਣ ਵਾਸਤੇ ਰਾਜੀ ਨਹੀਂ ਸੀ ਫਿਰ ਮਹਾਰਾਜ ਜੀ ਨੇ ਇੱਥੇ 3 ਸਾਲ ਗੁਜ਼ਾਰੇ ਤੇ ਐਂਡ ਤੇ ਹਰ ਇੱਕ ਨੂੰ ਇਹੋ ਹੀ ਯਾਦ ਆ ਕਿ ਮਹਾਰਾਜ ਜੀ 11 ਨਵੰਬਰ 1987 ਵਾਲੇ ਦਿਨ ਉਹ ਸੱਚਖੰਡ ਵਾਪਸ ਚਲੇ ਗਏ ਜਦੋਂ ਉਹ ਸਾਊਥ ਹਾਲ ਦੇ ਵਿੱਚ ਸਾਸਨ ਕਰਦੇ ਪਏ ਸੀਗੇ ਤੇ ਉਤੋਂ ਬਾਅਦ ਏ ਜੋ ਘਟਨਾ ਵਾਪਰੀ ਕਿਉਂਕਿ ਇਹ ਸਭ ਮਿੱਥਿਆ ਹੁੰਦਾ ਜੇ ਅਸੀਂ ਕਹਿੰਦੇ ਹਾਂ ਕਿ ਰੱਬ ਤੇ ਗੁਰੂ ਤੇ ਰੱਬ ਗੁਰੂ ਉਹਨਾਂ ਨੂੰ ਸਭ ਕੁਝ ਪਤਾ ਕੀ ਹੋਣਾ ਕਦੋਂ ਹੋਣਾ ਤੇ ਉਹਨਾਂ ਨੇ ਇਹ ਸਾਰਾ ਆਪਣਾ ਪਹਿਲਾਂ ਇੱਕ ਹੀ ਚਾਰਟ ਬਣਾਇਆ ਹੁੰਦਾ ਸਾਨੂੰ ਪਤਾ ਲੱਗ ਜੇ ਸਾਡਾ ਨੁਕਸਾਨ ਹੋਣਾ ਜਾਂ ਸਾਨੂੰ ਕੋਈ ਆਫਤ ਮੁਸੀਬਤ ਹੋਣੀ ਹੈ ਤੇ ਅਸੀਂ ਰਸਤਾ ਹੀ ਬਦਲ ਦਾਂਗੇ ਚਾਹੀਏ ਅਸੀਂ ਉੱਥੇ ਜਾਈਏ ਹੀ ਨਾ ਪਰ ਉਹਨਾਂ ਨੂੰ ਸਭ ਕੁਝ ਪਤਾ ਸੀ ਪਰ ਉਹਨਾਂ ਨੇ ਉਹਦੇ ਹੁਕਮ ਦੇ ਮੁਤਾਬਕ ਹਰ ਉਹ ਚੀਜ਼ ਕੀਤੀ ਤੇ ਕਿਸੇ ਨੂੰ ਦੱਸਿਆ ਨਹੀਂ ਚੁੱਪ ਕਰਕੇ ਚਲੇ ਗਏ ਅੱਜ ਦਾ ਵਿਸ਼ਾ ਇਹ ਹੈ ਕਿ 11 ਨਵੰਬਰ 1987 ਨੂੰ ਹਜ਼ੂਰ ਮਹਾਰਾਜ ਜੀ ਡੋਮਰਵੈਲ ਸਕੂਲ ਦੇ ਵਿੱਚ ਆਪਣਾ ਸੱਚਕਣ ਵਾਪਸੀ ਕਰਨ ਲਈ ਚਲੇ ਗਏ ਸਬਾਪਤੀ ਹੋ ਗਈ ਉਸ ਤੋਂ ਬਾਅਦ ਉਸ ਤੋਂ ਬਾਅਦ ਕਦੀ ਵੀ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਨਹੀਂ ਬਹੁਤ ਨੂੰ ਪਤਾ ਕਿ ਵੀ ਉਸ ਤੋਂ ਬਾਅਦ ਕੀ ਹੋਇਆ ਜਦੋਂ ਹਜੂਰ ਮਹਾਰਾਜ ਜੀ ਸੱਚਖੰਡ ਚਲੇ ਗਏ ਤੇ ਕਿਉਂਕਿ ਇੱਥੋਂ ਦੀ ਗਵਰਨਮੈਂਟ ਤੇ ਲੋ ਐਂਡ ਆਰਡਰ ਉਹਨਾਂ ਨੇ ਕਾਇਮ ਰੱਖਣਾ ਜਿਹੜੇ ਦੋ ਉਹਨਾਂ ਨੇ ਸ਼ਖਸ ਫੜੇ ਸੀਗੇ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਸਮਝ ਲਓ ਰੱਬ ਵੱਲੋਂ ਕਿ ਵੀ ਉਹਨਾਂ ਨੇ ਬਹਾਨਾ ਬਣਾ ਕਿਉਂਕਿ ਰੱਬ ਨੇ ਕਦੀ ਵੀ ਇਹ ਨਹੀਂ ਕਿਹਾ ਕਿ ਮੈਂ ਕੀਤਾ ਹਰ ਚੀਜ਼ ਦਾ ਬਹਾਨਾ ਬਣਦਾ ਤੇ ਵੀ ਉਹ ਕਿਸ ਤਰ੍ਹਾਂ ਵਾਪਸ ਗਏ ਉਹਨਾਂ ਦਾ ਅੰਤਮ ਸਮਾਂ ਕਿਸ ਤਰ੍ਹਾਂ ਹੋਇਆ ਆਪ ਨੇ ਇਤਿਹਾਸ ਦੇ ਵਿੱਚ ਹਿਸਟਰੀ ਚ ਵੀ ਪੜਿਆ ਹੋਇਆ ਇਸ ਲਈ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਤੇ ਉਹਨਾਂ ਨੇ ਜੋ ਆਪਣਾ ਕਾਰਮ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਤੇ ਕੇਸ ਜਿਹੜਾ ਸ਼ੁਰੂਆਤ ਹੋ ਗਈ ਇਹ ਕੇਸ ਜਿਹੜਾ ਗਵਰਨਮੈਂਟ ਵੱਲੋਂ ਲੜਿਆ ਗਿਆ ਸੀਗਾ ਨਾ ਕਿ ਆਪਣੇ ਸੱਚਕਣ ਨਾਨਕ ਤਾਂ ਬੋਲੋ ਤੇ ਮਹਾਰਾਜ ਦਾ ਕਹਿਣਾ ਸੀਗਾ ਕਿ ਅਸੀਂ ਕਿਸੇ ਤੇ ਕੋਈ ਵੀ ਕੀ ਕਹਿੰਦੇ ਆ ਆ ਕਿਸੇ ਦੇ ਕਿਸੇ ਦਾ ਨੁਕਸਾਨ ਨਹੀਂ ਕਰਨਾ ਕਿ ਜੋ ਅਸੀਂ ਮਿਥਿਆ ਉਹ ਹੀ ਹੋਣਾ ਔਰ ਉਹ ਹੁੰਦਾ ਇਸ ਕਰਕੇ ਸਸਕਰ ਨਾਨਕ ਧਾਮ ਚ ਉਹਨਾਂ ਤੇ ਕੇਸ ਨਹੀਂ ਚਲਾਇਆ ਗਿਆ ਸੀ ਕਿਉਂਕਿ ਉਹ ਮਹਾਰਾਜ ਦੀ ਇੱਛਾ ਸੀ ਜੋ ਕੁਝ ਵੀ ਹੋਇਆ ਸੋ ਇੱਥੇ ਕੇਸ ਚੱਲਿਆ ਤੇ ਕੇਸ ਦੇ ਦੌਰਾਨ ਉਹ ਜਿਹੜੇ ਜਿਨ੍ਹਾਂ ਨੂੰ ਫੜਿਆ ਸੀ ਘਰ ਉਹਨਾਂ ਦੇ ਵਕੀਲ ਉਹ ਇਹੋ ਹੀ ਸਾਬਤ ਕਰਨਾ ਚਾਹੁੰਦੇ ਸੀ ਕਿ ਵੀ ਜੋ ਕੁਝ ਹੋਇਆ ਇਹਨਾਂ ਕੋਲੋਂ ਨਹੀਂ ਹੋਇਆ ਔਰ ਉਹ ਮਹਾਰਾਜ ਦਰਸ਼ਨ ਦਾਸ ਪਹਿਲੋਂ ਹੀ ਆਪਣੇ ਜੋ ਹੈ ਸਵਾਸ त्याग ਚੁੱਕੇ ਸੀ ਕਿ ਜਦੋਂ ਸਾਹਮਣੋਂ ਕੋਲੋਂ 2 ਫੁੱਟ ਤੋਂ 3 ਫੁੱਟ ਤੋਂ ਸਾਹਮਣੇ ਫਾਇਰ ਕੀਤਾ ਮਹਾਰਾਜ ਤੇ ਤੇ ਮਹਾਰਾਜ ਜੀ ਨੇ ਕਹਿੰਦੇ ਇਦਾਂ ਝਾੜ ਦਿੱਤਾ ਤੇ ਮਹਾਰਾਜ ਜੀ ਜਿਹਦਾ ਆਪਣੇ ਹੱਸਦੇ ਮੂਡ 'ਚ ਤੇ ਚੇਅਰ ਤੇ ਬੈਠੇ ਸੀਗੇ ਤੇ ਉਹ ਕੋਰਟ ਦੀ ਆਰਗੂਮੈਂਟ ਸੀ ਕਿ ਜਿਹੜਾ ਫਾਇਰ ਕੀਤਾ ਸੀ ਉਹ ਫਾਇਰ ਵੀ ਹੋਇਆ ਔਰ ਸਾਰੇ ਪਾਸੇ ਗੋਲੀਆਂ ਦੇ ਨਿਸ਼ਾਨ ਲੱਗੇ ਆ ਪਰ ਜਿਹੜਾ ਕਿ ਉਹਨਾਂ ਦੀ ਬਾਡੀ ਤੇ ਕੋਈ ਨਿਸ਼ਾਨ ਨਹੀਂ ਸੀ ਸੋ ਇਹ ਸਾਬਤ ਉਹ ਕਰਨਾ ਚਾਹੁੰਦੇ ਸੀ ਕਿ ਜਿੰਨੇ ਸਾਹਮਣੋਂ ਗੋਲੀ ਮਾਰੀ ਉਹਦੇ ਨਾਲ ਉਹ ਨਹੀਂ ਗਏ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਤੇ ਇਸ ਕਰਕੇ ਉਹਦਾ ਕੋਈ ਕਸੂਰ ਨਹੀਂ ਦੂਸਰੇ ਨੇ ਜਿੰਨੇ ਸਾਈਡ ਤੇ ਆ ਕੇ ਆਪਣਾ ਕੰਨ ਦੇ ਕੋਲ ਰੱਖ ਕੇ ਜੋ ਫਾਇਰ ਕੀਤਾ ਕਿ ਉਹਦੀ سزا ਹੋ ਸਕਦੀ ਹੈ ਸੋ ਕਹਿੰਦਾ ਕਿ ਕਾਫੀ ਆਰਗਿਊ ਸੀ ਤੇ ਉਹਨਾਂ ਦਾ ਕੇ ਵੀ ਸੀ ਕਿ ਮਹਾਰਾਜ ਜੀ ਜਿਹੜੀ ਹੈ ਇਸ ਕਰਕੇ ਉਹਨਾਂ ਨੇ ਕੀਤਾ ਕਿ ਮਹਾਰਾਜ ਜੀ ਜੋ ਬਾਣੀ ਹੈ ਉਹਦੀ ਮर्यादा ਨਹੀਂ ਰੱਖਦੇ ਸੀ ਜਾਂ ਬਾਣੀ ਚੰਗੀ ਤਰ੍ਹਾਂ ਨਹੀਂ ਕਰਦੇ ਸੀ ਜਾਂ ਉਹਦੇ ਅਰਥ ਠੀਕ ਨਹੀਂ ਕਰਦੇ ਸੀ ਇਸ ਕਰਕੇ ਅਸੀਂ ਕੀਤਾ ਸੋ ਇਦੀ شناخت ਵਾਸਤੇ ਫਿਰ ਜਿਹੜੀ ਇਥੋਂ ਦੀ ਕੋਰਟ ਆ ਗਈ ਆ ਉਹਨਾਂ ਨੇ ਟਾਈਮ ਦਿੱਤਾ ਫਿਰ ਹਜ਼ੂਰ ਮਹਾਰਾਜ ਜੀ ਦੀਆਂ ਚਿੰਨੀਆਂ ਵੀ ਤਕਰੀਬਨ ਵੀਡੀਓ ਸਾਥਸੰਗ ਹੈ ਉਹਨਾਂ ਨੇ ਸੁਣੇ ਕਿਸੇ ਦੀ ਡਿਊਟੀ ਲਾਈਸ ਸੁਣਨ ਵਾਸਤੇ ਉਹਦੀ ਰਿਪੋਰਟ ਤਿਆਰ ਕੀਤੀ ਕੀ ਮਹਾਰਾਜ ਜੀ ਕੀ ਕਹਿੰਦੇ ਸੀ ਉਹਨਾਂ ਦੀ ਪ੍ਰੀਚਿੰਗ ਕੀ ਸੀਗੀ ਤੇ ਉਹਨਾਂ ਨੇ ਕਿਹੜੀ ਗਲਤ ਗਲਤ ਕੀਤੀ ਹੈ ਤੇ ਕਿੱਥੇ ਉਹਨਾਂ ਨੇ ਡਿਸਰੈਸਪੈਕਟ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਇੰਡੀਆ ਵੀ ਆਪਣਾ ਜੋ ਉਹਨਾਂ ਦੀ ਟੀਮ ਗਈ ਸੀਗੀ ਇੰਡੀਆ ਚ ਵੀ ਉਹਨਾਂ ਨੇ ਦੇਖਿਆ ਜਾ ਕੇ ਜਿੱਦਾਂ ਕਿ ਕੰਦੇ ਇਨਵੈਸਟੀਗੇਸ਼ਨ ਕੀਤੀ ਕਿ ਮਹਾਰਾਜ ਜੀ ਕਿੱਥੇ ਜੰਮੇ ਕਿੱਥੋਂ ਚੱਲੇ ਕੀ ਕਰਦੇ ਸੀ ਸੋ ਜੋ ਉਹਨਾਂ ਨੇ ਇਲਜ਼ਾਮ ਲਾਏ ਸੀ ਕਿ ਇਸ ਕਰਕੇ ਕੀਤਾ ਉਹ ਸਾਰੇ ਝੂਠੇ ਸਾਬਤ ਹੋਏ ਇਹਦੇ ਕਰਕੇ ਆਪਣਾ ਮਹਾਰਾਜ ਜੀ ਦਰਸ਼ਨ ਦਾਸ ਜੀ ਚਾਚਾ ਜੋਗਾ ਸਿੰਘ ਜੀ ਤੇ ਬਾਬਾ ਸਤਵੰਤ ਜੀ ਸੋ ਤਿੰਨਾਂ ਦੇ ਜਿਹੜੇ ਆਪਣੇ ਪਾਵਨ ਪਵਿੱਤਰ ਸਰੀਰ ਸੀਗੇ ਉਹ ਇੱਥੇ ਹੀ ਰੱਖੇਗੇ ਸੀਗੇ ਅੱਜ ਦੇ ਦਿਨ 19 ਤਰੀਕ ਨੂੰ 19 ਜਨਵਰੀ 1988 ਚ ਅੱਜ ਦੇ ਦਿਨ ਇਹ ਤਿੰਨੋਂ ਸਰੀਰ ਮਹਾਰਾਜ ਜੀ ਬਾਬਾ ਸਤਵੰਤ ਸਤਵੰਤ ਸਿੰਘ ਜੀ ਤੇ ਚਾਚਾ ਜੋਗਾ ਸਿੰਘ ਜੀ ਦੇ ਇੰਡੀਆ ਦਿੱਲੀ ਗਏ ਸੀਗੇ ਬਾਈ ਏ ਤੇ ਫਿਰ ਉਤੋਂ ਬਾਅਦ ਇਹ ਮਹਾਬੀਰ ਨਗਰ ਡੇਰੇ ਲੈ ਕੇ ਗਏ ਸੀ ਕਿ ਜਿੱਥੇ ਸੰਗਤਾਂ ਨੇ ਦਰਸ਼ਨ ਕੀਤੇ ਮਹਾਰਜ ਦੀ ਇੱਛਾ ਦੇ ਮੁਤਾਬਕ ਜਦੋਂ ਉਹਨਾਂ ਦਾ ਇਹ ਆਖਰੀ ਕੀ ਕਹਿੰਦੇ ਆ ਕਿ ਸਾਹ ਹੋਏਗਾ ਤੇ ਉਹ ਸਰੀਰ ਤਿਆਗ ਕੇ ਆਪਣਾ ਸੱਚ ਕੰਡ ਜਾਣਗੇ ਤੇ ਉਹਨਾਂ ਦਾ ਜਿਹੜਾ ਇਹ ਸਰੀਰ ਹੈਗਾ ਇਹ ਬਟਾਲਾ ਡੇਰਾ ਜਿੱਥੇ ਆਪਣਾ ਬਟਾਲਾ ਦਰਬਾਰ ਉੱਥੇ ਲਜਾਇਆ ਜਾਵੇ ਵਟਾਲੇ ਲਜਾਇਆ ਜਾਵੇ ਸੋ ਮਹਾਰਾਜ ਦੀ ਇੱਛਾ ਦੇ ਮੁਤਾਬਕ ਇਹ ਇੰਡੀਆ ਲੈਤੀ ਗਏ 20 ਤਰੀਕ ਨੂੰ 20 ਜਨਵਰੀ ਨੂੰ ਜੋ ਕੱਲ ਹੈ ਉਹ 20 ਜਨਵਰੀ ਨੂੰ ਫੇਰ ਵਟਾਲਾ ਦਰਬਾਰ ਸਾਹਿਬ ਆਖਰੀ ਜੋ ਆਪਣਾ ਮਹਾਰਾਜ ਜੀ ਦੀ ਜੋ ਬੋਡੀ ਸੀਗੀ ਮਹਾਰਾਜ ਦਾ ਜੋ ਪਾਵਨ ਪਵਿੱਤਰ ਸਰੀਰ ਸੀਗਾ ਉਹਨੂੰ ਅੱਗ ਦੇ ਹਵਾਲੇ ਕੀਤਾ ਗਿਆ ਜਿਸ ਤਰ੍ਹਾਂ ਮੈਂ ਕਿਹਾ ਕਿ ਰੱਬ ਵੀ ਤਰਤੀ ਤੇ ਆ ਕੇ ਜਿਉ ਉਹਨੇ ਰੂਲ ਬਣਾਏ ਆ ਕਿ ਜੋ ਇਨਸਾਨ ਦੇ ਨਾਲ ਹੁੰਦਾ ਤੇ ਉਦਾਂ ਹੀ ਉਹਨਾਂ ਨੇ ਆਪਣੇ ਆਪ ਨੂੰ ਉਹ ਚੀਜ਼ਾਂ ਕਰਵਾਉਂਦਾ ਉਸ ਤਰ੍ਹਾਂ ਹੀ ਮਾਤ ਗਰਭ ਚੋਂ ਜਨਮ ਲੈਂਦਾ ਤਾਂ ਕਿ ਉਹ ਇਹ ਨਾ ਕਵੇ ਕਿ ਮੈਂ ਵੱਖਾਂ ਪਰ ਅਸੀਂ ਲੋਕੀ ਰੂਲ ਜਿਹੜੇ ਸੂਲ ਬਣਾਏ ਆ ਆਪਣੇ ਭੁੱਲ ਜਾਂਦੇ ਆ ਪਰ ਰੱਬ ਕਦੀ ਨਹੀਂ ਭੁੱਲਦਾ ਸੋ ਆਪ ਸਭ ਨੂੰ ਇਹ ਯਾਦ ਕਰਾਣਾ ਚਾਹੁੰਦਾ ਮੈਂ ਕਿ ਅੱਜ ਦਾ ਦਿਨ ਉਹ ਦਿਨ ਸੀ 11 ਤਰੀਕ ਜਦੋਂ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੀਰ ਇੰਡੀਆ ਦੀ ਧਰਤੀ ਤੇ ਦਿੱਲੀ ਗਿਆ ਤੇ ਕੱਲ 20 ਤਰੀਕ ਨੂੰ ਉਹਨਾਂ ਦੇ ਸਰੀਰ ਨੂੰ ਅੰਤਮ ਜੋ ਹੈ ਕਿ ਦੁਨੀਆ ਤੋਂ ਅਗਨੀ ਪੇਟਨਾ ਕੀਤਾ ਗਿਆ ਕਹਿੰਦੇ ਆ ਕਿ ਅਸੀਂ ਵੀ ਇਸ ਤਰ੍ਹਾਂ ਹੀ ਇਹ ਜਰਨੀ ਤੇ ਇਸ ਤਰ੍ਹਾਂ ਹੀ ਅਸੀਂ ਵੀ ਜਾਣਾ ਹੈ ਪਰ ਜੇ ਜਾਣਾ ਹੈ ਤੇ ਉਸ ਤੋਂ ਬਾਅਦ ਜਿਹੜੇ ਮਿਲਣ ਵਾਲੇ ਸੱਜਣਾ ਮਿੱਤਰਾਂ ਦੋਸਤਾਂ ਨੇ ਆਣਾ ਹੈ ਤੇ ਕਹਿਣਾ ਕਿ ਇਹ ਬਹੁਤ ਚੰਗਾ ਹੁੰਦਾ ਸੀ ਬੜੇ ਚੰਗੇ ਕੰਮ ਕਰਦਾ ਸੀ ਤੇ ਇਹ ਜਿਹੜੀ ਤਾਰੀਫ ਹੈ ਜੇ ਉਹਦੇ ਜਾਨ ਤੋਂ ਜਦ ਕੀ ਉਹ ਸੁਣ ਨਹੀਂ ਸਕਦਾ ਫਿਰ ਜੂ ਕਰਨੀ ਹੈ ਤੇ ਕਿਉਂ ਨਾ ਹੋਵੇ ਆਪਾਂ ਜਿੰਦਿਆਂ ਜੀ ਉਹ ਬੰਦੇ ਦੀ ਤਾਰੀਫ ਉਹਦੇ ਸਾਹਮਣੇ ਕਰ ਲਈਏ ਜੇ ਉਸ ਤੋਂ ਬਾਅਦ ਇਹੋ ਹੀ ਕਹਿਣਾ ਕਿ ਮੈਂ ਮਿਲਣਾ ਚਾਹੁੰਦਾ ਸੀਗਾ ਪਰ ਮੈਂ ਮਿਲ ਨਹੀਂ ਸਕਿਆ ਜੇ ਹੁੰਦਾ ਤਾਂ ਮੈਂ ਇਹਦੇ ਕੋਲ ਬੈਠ ਕੇ ਆਪਣੇ ਦਿਲ ਦੇ ਸ਼ਿਕਵੇ ਆਪਣੀਆਂ ਗੱਲਾਂ ਕਰਦਾ ਤੇ ਕਾਸ਼ ਇਹ ਜਿੰਦਾ ਹੁੰਦਾ ਜੇ ਜਿੰਦਾ ਹੁੰਦਾ ਤੇ ਜਿਹੜੇ ਅਸੀਂ ਹੁਣ ਹੈਗੇ ਆਂ ਤੇ ਅਸੀਂ ਕਿਉਂ ਨਹੀਂ ਹੁਣ ਉਹਦੇ ਕੋਲ ਬਹਿ ਸਕਦੇ ਉਹਦੇ ਕੋਲ ਸਮਾਂ ਗੁਜ਼ਾਰ ਸਕਦੇ ਉਸ ਟਾਈਮ ਤੇ ਲੋਕ ਹੀ ਆਂਦੇ ਨੇ ਉਹਦੇ ਬਾਰੇ ਉਹਦੀਆਂ ਯਾਦਾਂ ਦੀਆਂ ਗੱਲਾਂ ਕਰਦੇ ਨੇ ਕਾਸ਼ ਇਹ ਹੁੰਦਾ ਤੇ ਅੱਜ ਮੈਂ ਫਿਰ ਇਹਨੂੰ ਆਹ ਕਹਿਣਾ ਸੀ ਇਹਨੂੰ ਇਹ ਦੱਸਣਾ ਸੀ ਤੇ ਜਿਹੜੇ ਹੁਣ ਹੈਗੇ ਨੇ ਅਸੀਂ ਕਿਉਂ ਨਹੀਂ ਉਹਨਾਂ ਕੋਲ ਜਾ ਕੇ ਆਪਣੇ ਗੱਲ ਦੀ ਆਪਣੇ ਦਿਲ ਦੀ ਗੱਲ ਹੁਣ ਕਰ ਸਕਦੇ ਮੇਰਾ ਆਪ ਜੀ ਨੂੰ ਕਹਿਣ ਦਾ ਇਹੋ ਹੀ ਇਹ ਕਹਿੰਦੇ ਆ ਕਿ ਮਤਲਬ ਹੈ ਮੈਂ ਵੀ ਆਪ ਜੀ ਦੇ ਵਿੱਚ ਹੀ ਹਾਂਗਾ ਹਰ ਚੀਜ਼ ਜੋ ਇਸ ਦੁਨੀਆ ਤੇ ਬਣੀ ਐ ਉਹ ਨਾਸਵਾਨ ਉਹਨੇ ਜਾਣਾ ਉਹਨੇ ਮਿਟਣਾ ਉਹਦਾ ਟਾਈਮ ਹੈ ਤੇ ਹੁਣ ਜਿਹੜਾ ਰੱਬ ਨੇ ਸਾਨੂੰ ਟਾਈਮ ਦਿੱਤਾ ਮਹਾਰਾਜ ਜੀ ਨੇ ਫੈਮਿਲੀ ਬਣਾਈ ਐ ਦਾਸਤਰਮ ਤੇ ਅਸੀਂ ਕਿਉਂ ਨਾ ਇੱਕ ਦੂਜੇ ਦਾ ਪਿਆਰ ਕਰੀਏ ਅਗਰ ਕੋਈ ਗਿਲੇ ਸ਼ਿਕਵੇ ਨੇ ਬਾਅਦ ਚ ਜੋ ਕਹਿਣਾ ਜਦੋਂ ਚਲ ਜਏਗਾ ਜਦੋਂ ਉਹਦਾ ਸਰੀਰ ਬਾਕਸੇ ਚ ਪਿਆ ਹੋਏਗਾ ਕਿਉਂ ਨਾ ਹੁਣ ਹੀ ਕਹਿ ਦਈਏ ਉਦੋਂ ਜੀ ਉਹਦੇ ਵਾਸਤੇ ਪਿਆਰ ਜਿਤਾਣਾ ਤੇ ਕਿਉਂ ਨਾ ਅਸੀਂ ਹੋਣੀ ਪੈਰ ਜਿਤਾ ਲਈਏ ਜਿੰਦਿਆਂ ਜੀ ਸੋ ਇਹ ਜਿਹੜੀਆਂ ਗੱਲਾਂ ਨੇ ਅਸੀਂ ਆਪਣੇ ਆਪ ਨੂੰ ਤੁੱਖਾ ਦੇਣ ਵਾਸਤੇ ਕਰਦੇ ਆ ਥੋੜਾ ਜਿਹਾ ਮਨ ਚ ਹਿਜਕਾ ਜਾਗਟ ਹੁੰਦੀ ਉਹਨੂੰ ਖਤਮ ਕਰ ਦਿਓ ਤੇ ਮਿਲਿਏ ਤੇ ਸਾਡੇ ਮਹਾਰਾਜ ਜੀ ਦਾ ਇਹ ਕੀ ਕਹਿੰਦੇ ਆ ਜੋ ਦੇੜਾ ਹੈਗਾ ਸਾਡੇ ਕੋਲੋਂ ਸਰੀਰਕ ਜ਼ਰੂਰਤ ਤੇ ਵਿਛੋੜੇ ਦਾ ਅਸੀਂ ਇਹ ਪ੍ਰਣ ਕਰੀਏ ਇਹ ਦਾਤਾ ਜੋ ਆਪ ਜੀ ਨੇ ਇਹ ਸੱਚਾ ਨਾਨਕਤਾਮ ਇਹ ਦਾਸ ਧਰਮ ਦਾ ਪਰਿਵਾਰ ਬਣਾਇਆ ਅਸੀਂ ਇਹ ਦੇ ਵਿੱਚ ਹਰ ਇੱਕ ਦੇ ਨਾਲ ਮੋਢੇ ਨਾਲ ਮੋਢਾ ਲਾਵਾਂਗੇ ਹਰ ਇੱਕ ਨਾਲ ਪਿਆਰ ਕਰਾਂਗੇ ਹਰ ਇੱਕ ਦੀ ਜੇ ਕਹਿੰਦੇ ਮੁਸੀਬਤ ਵਿੱਚ ਕੰਮ ਆਵਾਂਗੇ ਇਹ ਮਹਾਰਾਜ ਜੀ ਨੇ ਕਿਹਾ ਇਹ ਮਹਾਰਾਜ ਜੀ ਨੇ ਬਣਾਇਆ ਤੇ ਮਹਾਰਾਜ ਜੀ ਦੀ ਇਹ ਸ਼ਬਦ ਅંજਲੀ ਜੋ ਅਸੀਂ ਉਹਨਾਂ ਨੂੰ ਭੇਟ ਕਰਾਂਗੇ ਹਜ਼ੂਰ ਮਹਾਰਾਜ ਜੀ ਜ਼ਰੂਰ ਖੁਸ਼ ਹੋਣਗੇ ਤੇ ਪਲੀਸ ਇਹ ਮੇਰੀ ਬੇਨਤੀ ਸਵੀਕਾਰ ਕਰਨਾ ਅਸੀਂ ਸਭ ਇੱਕ ਸਟੇਜ ਦੇ ਕਲਾਕਾਰਾਂ ਜਿੰਨਾ ਜਿੰਨਾ ਸੀਨ ਸਾਨੂੰ ਉਹ ਡਾਇਰੈਕਟਰ ਜਿਹੜਾ ਰੱਬ ਹੈਗਾ ਉਹਨੇ ਦਿੱਤਾ ਉਹਨਾਂ ਉਹਨਾਂ ਨੂੰ ਭਗਤਾਨਾ ਪੈਣਾ ਜਿੰਨੇ ਚੰਗੀ ਐਕਟਿੰਗ ਕਰ ਲਈ ਲੋਕਾਂ ਨੇ ਉਹਨੂੰ ਯਾਦ ਕਰਨਾ ਵਾਹ ਕੀ ਰੋਲ ਕੀਤਾ ਕੀ ਐਕਟਿੰਗ ਕੀਤੀ ਹੈ ਤੇ ਚਲੋ ਹੁਣ ਆਪਾਂ ਨੂੰ ਰੱਬ ਨੇ ਮੌਕਾ ਦਿੱਤਾ ਆਪਾਂ ਚੰਗੀ ਐਕਟਿੰਗ ਕਰ ਲਈਏ ਜਾਣ ਤੋਂ ਬਾਅਦ ਸਟੇਜ ਦੇ ਉਤਰੋਂ ਤੋਂ ਬਾਅਦ ਆਡੀਅנס ਜਿਹੜੀ ਸਾਨੂੰ ਯਾਦ ਰੱਖੇ ਸਾਡੀ ਐਕਟਿੰਗ ਨੂੰ ਯਾਦ ਰੱਖੇ ਤੇ ਅੱਜ ਦੇ ਲਈ ਮੈਂ ਇੰਨਾ ਹੀ ਅਗਰ ਦਾਸ ਕੋਲ ਕੋਈ ਗਲਤੀ ਹੋ ਗਈ ਹੋਵੇ ਤੇ ਮਾਫੀ ਚਾਹੁੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤਾਂ ਗੁਰਦਸ਼ਣ ਸਾਨੂੰ ਸਦਾ ਆਪਣੇ ਚਰਨ ਕਮਨਾਂ ਲਗਾਈ ਰੱਖੀਂ ਦਾਤਾ